ਹੈਲੋ ਜੀ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨਮੋਲ ਸਿੰਘ ਗੁਲਾਟੀ। ਤੇ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਪਹੁੰਚੇ ਹਾਂ ਨਾਭੇ ਦੇ ਕੋਲ ਇੱਕ ਪਿੰਡ 'ਚ ਜਿੱਥੇ ਇੱਕ ਵਿਆਹ ਹੋ ਰਿਹਾ। ਤੇ ਤੁਹਾਨੂੰ ਦੱਸ ਦਈਏ ਕਿ ਵਿਆਹ ਕੋਈ ਆਮ ਵਿਆਹ ਨਹੀਂ ਹੈ, ਕਿਉਂਕਿ ਇਸ ਵਿਆਹ 'ਚ ਮੌਜੂਦ ਨੇ ਬਾਲੀਵੁੱਡ ਦੇ ਵੱਡੇ ਵੱਡੇ ਜਾਣੇ ਮਾਣੇ ਸਿਤਾਰੇ। ਤੇ ਅੰਦਰ ਜਾ ਕੇ ਆਪਾਂ ਵੇਖਾਂਗੇ ਕਿ ਕੌਣ ਕਿਹਨੂੰ ਛੱਲੇ ਮੁੰਦੀਆਂ ਪਾ ਰਿਹਾ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜਿਹੜੀ ਫਿਲਮ ਦੀ ਇੱਥੇ ਸ਼ੂਟਿੰਗ ਚੱਲ ਰਹੀ ਹੈ ਉਸ ਫਿਲਮ ਦਾ ਟਾਈਟਲ ਹੈ ਛੱਲੇ ਮੁੰਦੀਆਂ। ਤੇ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਮੇਰੇ ਵੈਨਿਟੀ ਵੈਨਸ ਮੌਜੂਦ ਨੇ, ਦੂਜੇ ਪਾਸੇ ਸੈੱਟ ਤਿਆਰ ਹੋ ਰਿਹਾ ਵਿਆਹ ਦਾ। ਤੇ ਚਲੋ ਆਪਾਂ ਜਾ ਕੇ ਵੇਖਦੇ ਹਾਂ ਕਿ ਸੈੱਟ 'ਤੇ ਅਤੇ ਵੈਨਿਟੀ ਵੈਨਸ ਦੇ ਅੰਦਰ ਕੀ ਕੁਝ ਚੱਲ ਰਿਹਾ। ਆਓ ਜੀ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਆਏ ਹਾਂ ਛੱਲੇ ਮੁੰਦੀਆਂ ਦੇ ਸੈੱਟ 'ਤੇ। ਅਤੇ ਛੱਲੇ ਮੁੰਦੀਆਂ ਦੇ ਸੈੱਟ 'ਤੇ ਕੌਣ ਕਿਹਨੂੰ ਛੱਲੇ ਮੁੰਦੀਆਂ ਦੇ ਰਿਹਾ, ਉਹ ਅਸੀਂ ਵੇਖਣ ਲਈ ਕੌਣ ਕਿਹਦੇ ਨਾਲ ਜੋੜੀ ਬਣਾ ਰਿਹਾ ਉਹ ਪਤਾ ਕਰਾਂਗੇ ਆਪਾਂ ਕੁਲਵਿੰਦਰ ਭਾਜੀ ਤੋਂ। ਕੁਲਵਿੰਦਰ ਭਾਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਭਾਜੀ। ਕੀ ਗੱਲ ਹੈ, ਦੋ ਤਿੰਨ ਲਾੜੇ ਘੁੰਮ ਰਹੇ ਨੇ ਇੱਥੇ, ਮੈਚਿੰਗ ਪੱਗਾਂ ਨੇ, ਮੈਚਿੰਗ ਡਰੈਸਾਂ ਨੇ ਸਭ ਦੀ, ਤਾਂ ਕੀ ਚੱਕਰ ਕੀ ਹੈ, ਕਨਫਿਊਜ਼ਨ ਹੈ ਕੋਈ? ਬਹੁਤ ਵੱਡੀ ਕਨਫਿਊਜ਼ਨ ਹੈਗੀ, ਵਿਆਹ ਤਾਂ ਵੈਸੇ ਹੀ ਕਨਫਿਊਜ਼ਨ ਹੁੰਦੀ ਹੈਗੀ। ਅਤੇ ਮੂਵੀ ਦੇ ਵਿੱਚ ਇੱਕ ਵਿਆਹ ਐਸਾ ਕਿ ਸਿਆਪਾ ਹੈਗਾ, ਵਿਆਹ ਤਾਂ ਇੱਦਾਂ ਨਹੀਂ ਵੀ ਜਿੱਦਾਂ ਅੱਜ ਕੱਲ੍ਹ ਸਾਰੀ ਮੂਵੀ ਵਿਆਹ ਦੇ ਉੱਤੇ ਬਣ ਰਹੀਆਂ ਨੇ, ਪਰ ਕੁਛ ਕੁ ਪਾਰਟ ਹੈ ਬਸ ਉਹਦੇ ਵਿੱਚ, ਇੰਨੇ ਲਾੜੇ ਹੈ, ਇੰਨੀਆਂ ਲਾੜੀਆਂ ਨੇ, ਕੌਣ ਕਿਹਦੇ ਨਾਲ ਜਾ ਰਿਹਾ, ਕਿੱਧਰ ਬਹੁਤ ਉਲਝਣ ਤਾਣੀ ਹੈਗੀ, ਅਤੇ ਇਹਦੇ ਕਰਕੇ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ ਛੱਲੇ ਮੁੰਦੀਆਂ। ਅਤੇ ਵੈਲਕਮ 'ਤੇ ਵੀ ਆਪਾਂ ਵੇਖਿਆ ਗੋਲੀ ਗੋਲੀ ਵੀ ਚੱਲਣ ਵਾਲੀ ਸੀਗੀ ਮੇਰੇ ਖਿਆਲ, ਬੰਦੂਕ ਬੰਦੂਕ ਸੀਗੀ, ਉਹਦਾ ਕੀ ਸੀਨ ਸੀਗਾ ਜੀ? ਬਸ ਉਹੀ ਸੀਨ ਹੈਗਾ, ਮੈਂ ਤੁਹਾਨੂੰ ਦੱਸਿਆ ਵੀ ਫਿਲਮ ਦੇਖਣੀ ਪੈਣੀ ਵੀ ਸੀਨ ਕੀ ਹੈ। ਬਹੁਤ ਘੈਂਟ ਘੈਂਟ ਪਰਾਉਣੇ ਆ ਇਹਦੇ ਵਿੱਚ, ਡਰਾਉਂਦੇ ਬਹੁਤ ਹੈ, ਪਰ ਨਿਕਲਦੇ ਵਿੱਚ ਹੋਰ ਹੀ ਕੁਛ ਹੈਗੇ, ਅਤੇ ਉਹ ਸਭ ਦੇਖਣਾ ਪੈਣਾ। ਅਤੇ ਵਿਆਹ ਦੇ ਕੰਸੈਪਟ ਨੂੰ ਲੈ ਕੇ ਕਾਫੀ ਲੋਕ ਮੂਵੀਜ਼ ਬਣਾ ਰਹੇ ਨੇ, ਇਸ ਮੂਵੀ 'ਚ ਵੱਖਰਾ ਕੀ ਹੈ? ਇਸ ਮੂਵੀ ਦੇ ਵਿੱਚ ਵਿਆਹ ਦਾ ਨਹੀਂ, ਵਿਆਹ ਦਾ ਕੁਛ ਕੁ ਕੁਛ ਪਰਸੈਂਟ ਪਾਰਟ ਹੈਗਾ, ਕੋਈ ਇੱਦਾਂ ਨਹੀਂ ਵੀ ਵਿਆਹ ਦੇ ਉੱਤੇ ਮੂਵੀ ਹੈ ਸਾਰੀ, ਇੱਕ ਲਵ ਸਟੋਰੀ ਹੈਗੀ, ਅਤੇ ਲਵ ਸਟੋਰੀ ਦੇ ਵਿੱਚ ਬਹੁਤ ਤਰ੍ਹਾਂ ਸਸਪੈਂਸ ਹੈਗਾ, ਬਹੁਤ ਕਦੇ ਫਿਲਮ ਇੱਧਰ ਚੱਲ ਜਾਂਦੀ, ਕਦੇ ਇੱਧਰ ਚੱਲ ਜਾਂਦੀ ਹੈ, ਬਹੁਤ ਤਰ੍ਹਾਂ ਦੇ ਨਵੇਂ ਨਵੇਂ ਸਸਪੈਂਸ ਦੇਖਣ ਨੂੰ ਮਿਲਣੇ। ਸਭ ਤੋਂ ਵੱਡੀ ਗੱਲ ਵੀ ਇਸ ਮੂਵੀ ਦੇ ਵਿੱਚ ਐਮੀ ਦੇ ਨਾਲ ਮੇਰੀ ਇਸ ਵਾਰ ਜੋੜੀ ਬਣੀ ਹੈ, ਅਤੇ ਕੁਛ ਨਾ ਕੁਛ ਦੇਖਣ ਨੂੰ ਵੱਖਰਾ ਮਿਲਣੇ ਮਿਲਣਾ। ਟੈਲੀਵਿਜ਼ਨ ਜਿਹੜੀ ਮੂਵੀ ਸੀ ਉਹਦੇ ਵਿੱਚ ਵੀ ਮੈਂਡੀ ਦੇ ਨਾਲ ਤੁਸੀਂ ਕੰਮ ਕੀਤਾ, ਇਸ ਮੂਵੀ 'ਚ ਵੀ ਤੁਸੀਂ ਨਾਲ ਹੋ, ਕਿਹੋ ਜਿਹਾ ਐਕਸਪੀਰੀਅੰਸ ਰਿਹਾ ਮੈਂਡੀ ਤੱਕਰ ਦਾ? ਮੈਂਡੀ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਅਤੇ ਟੈਲੀਵਿਜ਼ਨ ਦੇ ਵਿੱਚ ਅਸੀਂ ਨੇ ਬਹੁਤ ਵਧੀਆ ਕੰਮ ਕੀਤਾ, ਅਤੇ ਬਹੁਤ ਵਧੀਆ ਕੰਸੈਪਟ ਹੈ ਟੈਲੀਵਿਜ਼ਨ ਮੂਵੀ, ਅਤੇ ਇਸ ਮੂਵੀ ਦੇ ਲਈ ਇੱਕ ਰੋਲ ਹੀ ਇੱਦਾਂ ਦਾ ਸੀ ਕਿ ਮੈਂਡੀ ਦੀ ਜੋੜੀ ਮੈਂਡੀ ਨਾਲ, ਮੈਂਡੀ ਦੀ ਜੋੜੀ ਐਮੀ ਨਾਲ ਬਣਾਉਣੀ ਬਹੁਤ ਜ਼ਰੂਰੀ ਸੀਗੀ, ਕਿਉਂਕਿ ਫਿਲਮ ਦੇ ਥੋੜ੍ਹਾ ਜਿਹਾ ਚੇਂਜ ਲੱਗਦਾ ਹੈਗਾ, ਅਤੇ ਮੇਰੇ ਨਾਲ ਜੋੜੀ ਸੋਨੀਆ ਦੀ ਹੈ, ਅਤੇ ਐਮੀ ਨਾਲ ਜੋੜੀ ਮੈਂਡੀ ਤੱਕ ਦੀ ਹੈ, ਪਰ ਫਿਲਮ ਦੇ ਵਿੱਚ ਪਤਾ ਨਹੀਂ ਲੱਗਣਾ ਕਿਹਦੇ ਨਾਲ ਕਿਹਦੀ ਜੋੜੀ ਬਣੀ ਜਾਂਦੀ ਹੈ। ਅੱਛਾ, ਕਨਫਿਊਜ਼ਨ ਜੋੜੀਆਂ ਨੂੰ ਲੈ ਗਿਆ? ਹਾਂ, ਜੋੜੀਆਂ ਲੱਗੀਆਂ। ਠੀਕ ਹੈ, ਸੋਨੀਆ ਕੌਰ ਦੇ ਨਾਲ ਕੰਮ ਕਰਕੇ ਹੋ ਜਾ ਲੱਗਿਆ ਤੁਹਾਨੂੰ? ਬਹੁਤ ਵਧੀਆ, ਵੈਰੀ ਗੁੱਡ ਐਕਟਰ ਨੇ, ਅਤੇ ਬਹੁਤ ਚੰਗੇ ਇਨਸਾਨ ਨੇਗੇ, ਅਤੇ ਸਾਰੇ ਔਲ ਜਿੰਨੀ ਸਟਾਰਕਾਸਟ ਹੈਗੀ, ਬਹੁਤ ਵੱਡੀ ਸਟਾਰਕਾਸਟ ਹੈ ਮੂਵੀ ਦੇ ਵਿੱਚ, ਅਤੇ ਸਾਰਿਆਂ ਨਾਲ ਕੰਮ ਕਰਕੇ ਬਹੁਤ ਮਜ਼ਾ ਆ ਰਿਹਾ। ਸ਼ੂਟਿੰਗ ਦਾ ਕਲਾਈਮੈਕਸ ਹੋਣ ਵਾਲਾ, ਬਿਲਕੁਲ ਖਤਮ ਹੀ ਹੋਣ ਵਾਲੀ ਹੈ, ਸ਼ੂਟਿੰਗ 'ਚ ਕੇਕ ਇਹੋ ਜਿਹਾ ਕੋਈ ਇਹੋ ਜਿਹਾ ਸੀਨ ਹੋਵੇ ਜਿਹਨੂੰ ਤੁਸੀਂ ਕਦੇ ਭੁੱਲ ਨਹੀਂ ਸਕਦੇ, ਉਹ ਕਿਹੜਾ ਹੋਵੇਗਾ? ਇੱਕ ਸੀਨ ਇਹਦੇ ਵਿੱਚ ਹੈਗਾ, ਇੱਕ ਫਿਲਮ ਦੇ ਇਸ ਮੂਵੀ ਦੇ ਵਿੱਚ, ਇੱਕ ਮੇਰੇ ਹਰ ਟਾਈਮ ਮੈਂ ਜ਼ਿਆਦਾ ਮੋਸਟ ਆਫ ਐਨਕਾਂ ਲਾ ਕੇ ਰੱਖਦਾ ਹੈਗਾ, ਉਹ ਐਨਕਾਂ ਦਾ ਇੱਕ ਐਸਾ ਸਸਪੈਂਸ ਹੈਗਾ ਜਿੱਥੇ ਹਰ ਟਾਈਮ ਜਦੋਂ ਵੀ ਮੈਂ ਲਾਉਣਾ, ਸਾਰੇ ਆਰਟਿਸਟ ਬਿਨਾਂ ਗੱਲ ਕਰੇ ਤੋਂ ਸਾਰੇ ਹੱਸ ਪੈਂਦੇ ਨੇ, ਕਿਉਂਕਿ ਉਹ 'ਚ ਕਰੈਕਟਰ ਹੀ ਮੇਰਾ ਇੱਦਾਂ ਦਾ ਹੈਗਾ, ਸੁੱਤਾ ਪਿਆ ਵੀ ਰਾਤ ਨੂੰ ਐਨਕਾਂ ਲਾਉਣਾ। ਅੱਛਾ, ਅਤੇ ਐਨਕਾਂ ਕਿਉਂ ਲਾਉਂਦਾ ਵੈਸੇ, ਉਹਦੀ ਵਜ੍ਹਾ? ਉਹੀ ਤਾਂ ਕਹਾਣੀ ਹੈ ਵੀ ਕਿਉਂ, ਹਾਂ ਉਹ ਕਹਾਣੀ ਵੀ ਕਿਉਂ ਲਾਉਣਾ। ਅੱਛਾ, ਸਸਪੈਂਸ ਐਲੀਮੈਂਟ ਤੁਸੀਂ ਹਲੂ ਹਜੇ ਵੀ ਰੱਖ ਰਹੇ ਹੋ? ਬਿਲਕੁਲ ਬਿਲਕੁਲ, ਠੀਕ ਹੈ। ਅੱਛਾ, ਅਤੇ ਇੱਕ ਜਿਹੜੀ ਮੂਵੀ ਜਿਹੜੀ ਵਿਆਹ ਨੂੰ ਲੈ ਕੇ ਕਾਫੀ ਲੋਕ ਮੂਵੀਜ਼ ਬਣਾ ਰਹੇ ਨੇ, ਅਤੇ ਕਦੇ ਨਾ ਕਦੇ ਤੁਹਾਨੂੰ ਲੱਗਦਾ ਕਿ ਕੁਝ ਚੇਂਜ ਵੀ ਹੋਣਾ ਚਾਹੀਦਾ, ਇੱਕੋ ਹੀ ਕਨਸੈਪਟ ਨੂੰ ਬਾਰ ਬਾਰ ਕਿਉਂ ਦਿਖਾਇਆ ਜਾਂਦਾ? ਨਹੀਂ, ਮੈਂ ਵਿਆਹ ਤਾਂ ਮੈਂ ਤੁਹਾਨੂੰ ਦੱਸਿਆ ਕੁਛ ਕੁ ਪਾਰਟ ਹੈਗਾ, ਕਿਉਂਕਿ ਮੂਵੀ 'ਚ ਮਾੜਾ ਮੋਟਾ ਪਾਰਟ ਵਿਆਹ ਦਾ ਹੈਗਾ ਹੈਗਾ, ਅਤੇ ਪਰ ਇਹ ਨਹੀਂ ਵੀ ਸਾਰੀ ਮੂਵੀ ਵਿਆਹ ਦੇ ਵਾਲੇ ਇਰਦ ਗਿਰਦ ਘੁੰਮਦੀ ਹੈ। ਆ ਸੀਗੇ ਸਾਡੇ ਨਾਲ ਕੁਲਵਿੰਦਰ ਬਿੱਲਾ ਭਾਜੀ, ਅਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਮੂਵੀ ਬਾਰੇ ਕਿ ਕੀ ਕੁਛ ਇਸ ਮੂਵੀ 'ਚ ਚੱਲ ਰਿਹਾ, ਕੀ ਕਿਹੜੀ ਕਿਹੜੀ ਕਨਫਿਊਜ਼ਨ ਚੱਲ ਰਹੀ ਹੈ, ਅਤੇ ਹੋਰ ਆਪਾਂ ਇਸ ਸੈੱਟ 'ਤੇ ਘੁੰਮਣੇ ਆ, ਅਤੇ ਹੋਰ ਵੀ ਵੇਖਣਾ ਕਿ ਕੁਛ ਮਸਤੀਆਂ ਚੱਲ ਰਹੀਆਂ ਨੇ, ਅਤੇ ਕੌਣ ਕੌਣ ਇੱਥੇ ਮੌਜੂਦ ਹੈ। ਆਓ ਜੀ। ਛੱਲੇ ਮੁੰਦਿਆਂ ਦੇ ਸੈੱਟ 'ਤੇ ਅਸੀਂ ਹਾਂ, ਅਤੇ ਆਪਾਂ ਲਾੜਿਆਂ ਨਾਲ ਤਾਂ ਗੱਲ ਕਰ ਲਈ, ਲੇਕਿਨ ਇੱਥੇ ਛੋਟੇ ਜਿਹੇ ਇੱਕ ਭਾਜੀ ਬੈਠੇ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਨੇ ਹਾਂ। ਅਨਮੋਲ ਭਾਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦੈਨਿਕ ਸਵੇਰਾ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ, ਠੀਕ ਹੈ ਜੀ, ਆਪਾਂ ਕੀ ਕੁਛ ਮਸਤੀ ਕਰ ਰਹੇ ਹੋ ਤੁਸੀਂ? ਕੁਛ ਨਹੀਂ ਜੀ, ਵੈਸੇ ਗੱਲਾਂ ਮਾਰ ਰਹੇ ਹਾਂ ਸੈੱਟ 'ਤੇ, ਕਿਉਂਕਿ ਹਜੇ ਸਾਡਾ ਸ਼ੂਟ ਸ਼ੁਰੂ ਨਹੀਂ ਹੋਇਆ। ਅੱਛਾ, ਅਤੇ ਕੀ ਰੋਲ ਕੀ ਤੁਹਾਡਾ? ਮੇਰਾ ਇਸ ਦੇ ਵਿੱਚ ਜੀ ਐਮੀ ਅੰਕਲ ਦੇ ਬ੍ਰਦਰ ਦਾ ਕਰੈਕਟਰ ਹੈ। ਅੱਛਾ, ਤੇ ਕੀ ਮਸਤੀਆਂ ਕੀ ਚੱਲ ਰਹੀ ਹੈ? ਇਹ ਸਭ ਤੋਂ ਪਹਿਲਾਂ ਤੁਹਾਡੀ ਕੀ ਨੇ? ਇਹ ਦੀਦੀ। ਮੂਵੀ 'ਚ ਕੀ ਨੇ? ਮੂਵੀ 'ਚ ਹਜੇ, ਮੂਵੀ 'ਚ ਇਹਨਾਂ ਦਾ ਦੂਸਰੇ ਪਾਸੇ ਆ ਕਰੈਕਟਰ। ਅੱਛਾ, ਤੁਸੀਂ ਕੀ ਕੁਛ ਮਸਤੀਆਂ ਕਰ ਰਹੇ ਹੋ ਜੀ ਇਸ ਮੂਵੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,
ਹਾਸੀ ਖੇਡੀਆਂ ਐਮੀ ਭਾਜੀ ਨਾਲ, ਮਹਿੰਦੀ ਤੱਖਰ ਨੇ, ਕੁਲਵਿੰਦਰ ਭਾਜੀ ਨੇ, ਇਹਨਾਂ ਨਾਲ ਕੰਮ ਕਰਕੇ ਕਿਹੋ ਜਿਹਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ, ਸਾਰੇ ਬਹੁਤ ਨਾਈਸ ਨੇ, ਨੇਚਰ ਵੀ ਬਹੁਤ ਵਧੀਆ, ਔਰ ਵੈਸੇ ਵੀ ਆਰਟਿਸਟ ਵੀ ਬਹੁਤ ਵਧੀਆ ਨੇ, ਸਾਰੇ ਬਹੁਤ ਵਧੀਆ। ਵੈਸੇ ਤਾਂ ਸ਼ੂਟਿੰਗ ਕਾਫੀ ਟਾਈਮ ਟੇਕਿੰਗ ਹੁੰਦੀ ਹੈ, ਲੋਕ ਐਗਜ਼ੌਸ਼ਨ ਫੀਲ ਕਰਦੇ ਨੇ, ਸਾਨੂੰ ਲੱਗ ਨਹੀਂ ਰਿਹਾ ਤੁਸੀਂ ਦੋਵਾਂ ਨੂੰ ਵੇਖ ਕੇ ਕਿ ਤੁਸੀਂ ਮਤਲਬ ਥੱਕੇ ਹੋ ਜਾਂ ਕੁਛ ਹੋ, ਪੂਰੇ ਦੋਵੇਂ ਆਪਣਾ ਇੰਜੋਇਮੈਂਟ ਕਰ ਰਹੇ ਹੋ। ਹਾਂਜੀ, ਐਕਚੁਲੀ ਉੱਧਰ ਸੈੱਟ ਰੈਡੀ ਹੋ ਰਿਹਾ ਸੀ ਤਾਂ ਆਪਾਂ ਟਾਈਮ ਪਾਸ ਤਾਂ ਕਰਨਾ ਹੀ ਸੀਗਾ, ਤਾਂ ਫਿਰ ਅਸੀਂ ਆਪਸ 'ਚ ਲੱਗੇ ਹੋਏ ਗੱਲਾਂ ਮਾਰਨ, ਤਾਂ ਵੈਸੇ ਸਾਡੀ ਦੋਨਾਂ ਦੀ ਬਹੁਤ ਬਣਦੀ ਹੈ ਨਾ ਸੈੱਟ 'ਤੇ, ਤਾਂ ਅਸੀਂ ਆਪਸ 'ਚ ਲੱਗੇ ਰਹੇ, ਸਭ ਤੋਂ ਜ਼ਿਆਦਾ ਬਣਦੀ ਹੈ ਜਿਹੜਾ ਸਭ ਤੋਂ ਜ਼ਿਆਦਾ ਲੜਦਾ ਹੁੰਦਾ ਨਾ, ਉਹਨਾਂ ਦੀ ਸਭ ਤੋਂ ਜ਼ਿਆਦਾ ਬਣਦੀ ਹੁੰਦੀ ਹੈ, ਹੈ ਨਾ ਅਨਮੋਲ? ਅੱਛਾ ਜੀ, ਆਪਾਂ ਕੀ ਫਿਰ ਕੀ ਦੀ ਮੰਨੀ, ਅਨਮੋਲ ਭਾਈ ਦੀ ਮੰਨੀ ਹੈ, ਮੈਡਮ ਦੀ ਮੰਨੀ, ਚਲੋ ਉਹ ਤਾਂ ਬਾਅਦ 'ਚ ਵੇਖਾਂਗੇ। ਵੱਡੀਆਂ ਤਾਂ ਮੇਰੀ ਮੰਨੀ ਪਊਗੀ, ਹੈ ਨਾ, ਇਹ ਛੋਟਾ ਹੈ, ਕੁਛ ਰੂਲ ਹੈ, ਆਪਾਂ ਤੁਹਾਡੀ ਗੱਲ 'ਚ ਨਹੀਂ ਆਉਂਦੇ, ਤੁਸੀਂ ਆਪਦਾ ਆਪ ਨਿਬੇੜੋ, ਇਹ ਮੋਟੂ ਆ ਮੋਟੂ। ਅਰਦਾਸ ਕੀਤੀ ਹੈ, ਬੰਬੂ ਕਾਟ ਕੀਤੀ ਹੈ, ਸੋ ਬਹੁਤ ਵਧੀਆ ਲੱਗਦਾ ਕੰਮ ਕਰਕੇ ਸਰ। ਐਮੀ ਅੰਕਲ ਨੂੰ ਐਮੀ ਅੰਕਲ ਬੋਲ ਦੋਗੇ ਸਾਹਮਣੇ, ਉਹਨੂੰ ਵਧੀਆ ਲੱਗੂਗਾ ਉਹਨਾਂ ਨੂੰ? ਹਾਂ, ਮੈਂ ਕਹਿੰਦਾ ਹੀ ਅੰਕਲ। ਅੱਛਾ, ਅਤੇ ਇੰਨੀ ਛੋਟੀ ਉਮਰ ਤੋਂ ਤੁਸੀਂ ਆਰਟਿਸਟ ਬਣ ਗਏ ਹੋ, ਠੀਕ ਹੈ, ਐਕਟਿੰਗ ਕਾਫੀ ਕਰ ਰਹੇ ਹੋ, ਕਿਹੋ ਜਿਹਾ ਐਕਸਪੋਜ਼ਰ ਕਿਹੋ ਜਿਹਾ ਮਿਲਦਾ, ਫੀਲ ਕਿਹੋ ਜਿਹਾ ਹੁੰਦਾ ਤੁਹਾਨੂੰ? ਵਧੀਆ ਫੀਲ ਆਉਂਦਾ, ਅਤੇ ਨਾਲ ਦੇ ਨਾਲ ਸਟੱਡੀਜ਼ ਵੀ ਚੱਲ ਰਹੀਆਂ ਨੇ? ਹਾਂਜੀ, ਸਟੱਡੀਜ਼ ਕਿਹੜੀ ਕਲਾਸ 'ਚ? ਸੈਵਨਥ। ਸੈਵਨਥ, ਅਤੇ ਕੀ ਕੁਛ ਹੁਣ ਅੱਜ ਕੱਲ੍ਹ ਚੱਲ ਰਹੇ ਐਗਜ਼ਾਮਸ ਵਗੈਰਾ, ਕੁਛ ਹੋ ਗਿਆ ਪੂਰਾ? ਨਹੀਂ, ਹੁਣ ਐਗਜ਼ਾਮ ਪੂਰੇ ਹੋ ਗਏ ਅਤੇ ਨਵੀਆਂ ਕਲਾਸਾਂ ਸ਼ੁਰੂ ਹੋ ਗਈਆਂ ਨੇ। ਅੱਛਾ, ਨਵੀਂ ਕਲਾਸ ਸ਼ੁਰੂ ਹੋ ਗਈ, ਅਤੇ ਜਦੋਂ ਸ਼ੂਟਿੰਗ ਵਗੈਰਾ ਹੁੰਦੀ ਹੈ ਤਾਂ ਡਿਸਟਰਬ ਨਹੀਂ ਹੁੰਦੀ ਸਟੱਡੀਜ਼ ਮਾੜੀ ਮੋਟੀ? ਨਹੀਂ, ਜਦੋਂ ਕਿਤੇ ਸ਼ੂਟਿੰਗ ਹੁੰਦੀ ਹੈ, ਜਦ ਐਗਜ਼ਾਮ ਵਗੈਰਾ ਹੁੰਦੇ ਨੇ, ਫਿਰ ਟੀਚਰ ਨਾਲ ਹੀ ਹੁੰਦੇ ਨੇ ਪੜ੍ਹਾਉਣ ਲਈ। ਅੱਛਾ, ਚਲੋ ਠੀਕ ਹੈ ਜੀ, ਆ ਸੀਗੇ ਸਾਡੇ ਨਾਲ ਅਨਮੋਲ ਵਰਮਾ ਭਾਜੀ, ਅਤੇ ਹੋਰ ਵੀ ਆਪਾਂ ਇਸ ਸ਼ੈੱਡ ਸੈੱਟ 'ਤੇ ਵੇਖਾਂਗੇ ਕੌਣ ਕੌਣ ਇੱਥੇ ਮੌਜੂਦ ਹੈ ਕਿ ਕੀ ਕੁਛ ਚੱਲ ਰਿਹਾ। ਆਓ ਜੀ, ਛੱਲੇ ਮੁੰਦਿਆਂ 'ਤੇ ਆਪਾਂ ਸੈੱਟ 'ਤੇ ਹਾਂ ਜੀ, ਅਤੇ ਸਾਡੇ ਨਾਲ ਮੌਜੂਦ ਨੇ ਵੇਖੋ ਜੀ ਸੋਹਣੇ ਸੁਣ ਖਿਲਾੜੇ ਐਮੀ ਭਾਜੀ। ਐਮੀ ਭਾਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਮਿਹਰਬਾਨੀ ਜੀ, ਹਾਂ, ਥੈਂਕ ਯੂ ਸੋ ਮਚ। ਭਾਜੀ, ਆਪਾਂ ਵੇਖਿਆ ਲਾੜੀਆਂ ਦੋ ਨੇ, ਲਾੜੇ ਵੀ ਦੋ ਨੇ, ਅਤੇ ਕੌਣ ਕਿਹਨੂੰ ਛੱਲੇ ਮੁੰਦਿਆਂ ਦੇ ਰਿਹਾ, ਕੁਛ ਹੈ ਇਹਦਾ ਜਵਾਬ ਹੈਗਾ? ਹਾਂ, ਮਤਲਬ ਜਿਹੜਾ ਮੇਰਾ ਹੈਗਾ, ਮੈਂ ਦੋ ਕਪਲ ਨੇ, ਮੇਰਾ ਅਤੇ ਮੈਂਡੀ ਦਾ ਅਤੇ ਸੋਨੀਆ ਅਤੇ ਬਿੱਲਾ ਭਾਜੀ ਦਾ, ਅਤੇ ਫਿਲਮ 'ਚ ਕਿਵੇਂ ਮਿਲਣਗੇ ਉਹ ਤੁਸੀਂ ਫਿਲਮ 'ਚ ਜਾ ਕੇ ਦੇਖਿਓ। ਮਤਲਬ ਕਨਫਿਊਜ਼ਨ ਪੱਕੀ ਗੱਲ ਹੈ ਹੋਏਗੀ? ਹਾਂ, ਡੈਫੀਨੇਟਲੀ ਕਨਫਿਊਜ਼, ਤੁਸੀਂ ਦੇਖ ਲਓਗੇ ਸੇਮ ਕੱਪੜੇ ਆ ਮੇਰੇ ਵੀ ਅਤੇ ਬਿੱਲਾ ਭਾਜੀ ਦੇ ਵੀ ਸੇਮ ਪਾਏ ਸੀਗੇ, ਪਲੱਸ ਤੀਜਾ ਹੋਰ ਕਰਮਜੀਤ ਅਨਮੋਲ ਭਾਈ ਦਾ ਕਰੈਕਟਰ ਹੈ, ਸੋ ਟੋਟਲੀ ਕਨਫਿਊਜ਼ਨ ਹੋਊਗੀ ਫਿਲਮ ਦੇ ਵਿੱਚ, ਆਈ ਹੋਪ ਯੂ, ਸਾਰਿਆਂ ਨੂੰ ਤੁਹਾਨੂੰ ਪਸੰਦ ਆਊਗੀ ਫਿਲਮ। ਅੱਛਾ, ਲੜਾਈਆਂ ਵੀ ਆਪਾਂ ਵੇਖਿਆ ਐਂਟਰੀ 'ਤੇ ਹੀ, ਤੁਹਾਡਾ ਸਵਾਗਤ ਬੰਦੂਕਾਂ ਨਾਲ ਹੋ ਰਿਹਾ ਹੈਗਾ, ਉਹ ਕਿਉਂ ਜੀ? ਉਹ ਮਤਲਬ ਜਿਹੜਾ ਬੰਦਾ ਹੁੰਦਾ ਨਾ, ਇੱਕ ਕੋਈ ਵੀ ਬੰਦਾ ਫੁਰ, ਇੱਕ ਸਾਊ ਬੰਦਾ ਹੈ, ਅਤੇ ਉਹਦੇ ਨਾਲ ਪੰਜ ਸੱਤ ਹੁੰਦੇ ਉੱਦਾਂ ਦੇ ਵੀ ਆਹ ਚੁੱਕਦਾ ਹੈਗਾ, ਕੰਮ ਚੁੱਕਦਾ ਹੈਗਾ, ਮੈਂ ਇੱਦਾਂ ਦੇ ਮਤਲਬ ਹਰ ਫੀਲਡ ਦੇ ਵਿੱਚ, ਹਰ ਕਰੈਕਟਰ, ਹਰ ਮਾਹੌਲ ਦੇ ਵਿੱਚ, ਹਰ ਦੇਸ਼ ਦੇ ਵਿੱਚ, ਪੰਜਾਬ 'ਚ ਵੀ ਰਹਿਣੇ, ਸਾਰੇ ਪਾਸੇ ਹੁੰਦਾ, ਅਤੇ ਉਹ ਉੱਦਾਂ ਦੇ ਨਾਲ ਦੇ ਉਹਨਾਂ ਦੇ ਬੰਦੇ ਨੇ, ਅਤੇ ਉਹ ਕਿਸੇ ਦੀ ਘਰ ਵਾਲੀ ਹੈ, ਕੋਈ ਵਿਆਹੀ ਜਾਂਦਾ ਫਿਰ ਦੂਜਾ ਬੰਦਾ ਗੁੜੀ 'ਤੇ ਚਲਾਊਗਾ ਤਾਂ ਕਰਕੇ ਉਹ ਕਰੈਕਟਰ। ਠੀਕ ਹੈ, ਅਤੇ ਕੁਲਵਿੰਦਰ ਭਾਜੀ ਨਾਲ, ਸੋਨੀਆ ਦੇ ਨਾਲ, ਮੈਂਡੀ ਦੇ ਨਾਲ, ਸਾਰੇ ਮਤਲਬ ਵੱਡੇ ਵਧੀਆ ਕਲਾਕਾਰ, ਠੀਕ ਹੈ, ਇਹਨਾਂ ਦੇ ਨਾਲ ਕੰਮ ਕਰਕੇ ਐਕਸਪੀਰੀਅੰਸ ਕਿਹੋ ਜਿਹਾ ਮਿਲਿਆ, ਅਤੇ ਕਿਹਦੇ ਨਾਲ ਤੁਹਾਨੂੰ ਕੀ ਕੁਛ ਸਿੱਖਣ ਨੂੰ ਵੀ ਕੀ ਕੁਛ ਮਿਲਿਆ? ਨਹੀਂ, ਕੁਲਵਿੰਦਰ ਬਿੱਲਾ ਭਾਜੀ ਮੇਰੇ ਤੋਂ ਸੀਨੀਅਰ ਨੇ, ਮਤਲਬ ਬੜੇ ਸੋਹਣੇ ਗਵੱਈਏ ਨੇ, ਅਤੇ ਉਮਰ 'ਚ ਵੀ ਵੱਡੇ ਆ ਮੇਰੇ ਤੋਂ, ਮੈਂ ਰਿਸਪੈਕਟ ਕਰਦਾ ਭਾਜੀ ਉਹਨਾਂ ਦੀ ਬਹੁਤ। ਸਾਡਾ ਸ਼ੁਗਲ ਮੇਲਾ ਬੜਾ ਵਧੀਆ, ਸਾਡਾ ਰਿਲੇਸ਼ਨ ਪੁਰਾਣਾ, ਮਤਲਬ ਬਿੱਲੇ ਭਾਈ ਨਾਲ ਕਾਫੀ ਚਿਰ ਦਾ, ਅਤੇ ਅਸੀਂ ਅਮੈਰੀਕਾ ਵੀ ਇਕੱਠੇ ਗਏ ਸੀਗੇ, ਸੰਦੀਪ ਬਰਾੜ ਭਾਜੀ ਸੀਗੇ ਨਾਲ, ਸੋ ਰਿਲੇਸ਼ਨ ਬੜਾ ਸੋਹਣਾ, ਅਤੇ ਬੜੇ ਵਧੀਆ ਤਰੀਕੇ ਨਾਲ ਸ਼ੁਗਲ ਮੇਲਾ ਲੱਗਿਆ ਰਹਿੰਦਾ, ਹਾਸਾ ਖੇਡਾ ਪਿਆ ਰਹਿੰਦਾ ਸਾਰਾ ਦਿਨ ਹੀ, ਅਤੇ ਮੈਂ ਵੈਸੇ ਵੀ ਭਾਜੀ ਦਾ ਫੈਨ ਹਾਂ, ਅਤੇ ਫਿਰ ਮੋਰ ਓਵਰ ਉਸ ਤੋਂ ਬਾਅਦ 'ਚ ਮਤਲਬ ਮੈਂਡੀ ਨਾਲ ਮੈਂ ਅਰਦਾਸ ਫਿਲਮ ਕੀਤੀ ਸੀਗੀ, ਅਤੇ ਸੋਨੇ ਨਾਲ ਨਿੱਕਾ ਜਲ ਦਰਬਾਨ ਕੀਤੀ ਸੀ, ਸਾਰਿਆਂ ਨੂੰ ਮੈਂ ਬੜੇ ਵਧੀਆ ਤਰੀਕੇ ਨਾਲ ਜਾਣਦਾ। ਅੱਛਾ, ਤਾਂ ਤੁਸੀਂ ਕਿਹਾ ਕੁਲਵਿੰਦਰ ਭਾਜੀ ਦਾ ਤੁਸੀਂ ਫੈਨ ਹੋ, ਅਤੇ ਕਿਹੜਾ ਕੁਲਵਿੰਦਰ ਭਾਜੀ ਦਾ ਕਿਹੜਾ ਇਹੋ ਜਿਹਾ ਗਾਣਾ ਜਿਹੜਾ ਤੁਹਾਡਾ ਫੇਵਰੇਟ ਹੋਵੇ? ਸਾਰੇ ਗਾਣੇ, ਤੁਸੀਂ ਮੈਲੋਡੀ ਤੁਸੀਂ ਕਹਿ ਲਓਗੇ, ਪਿੱਛੇ ਇੱਕ ਆਪਣਾ ਭਾਜੀ ਨੇ ਗਾਣਾ ਕੀਤਾ ਸੀਗਾ, ਅਮਨ ਹੇਰ ਭਾਜੀ ਨੇ ਮਿਊਜ਼ਿਕ ਕੀਤਾ ਸੀਗਾ, ਅਤੇ ਫਿਰ ਉਸ ਤੋਂ ਬਾਅਦ 'ਚ ਭਾਜੀ ਦੀਆਂ ਕੰਪੋਜੀਸ਼ਨਸ ਨੇ, ਇੱਕ ਭਾਜੀ ਨੇ ਗਾਣਾ ਕੰਪੋਜ਼ ਕਰਕੇ ਦਿੱਤਾ ਸੀਗਾ ਆਪਣਾ ਸੰਦੀਪ ਬਰਾੜ ਭਾਜੀ ਨੂੰ, ਸੇਮ ਟਾਈਮ ਸੇਮ ਜਗ੍ਹਾ ਅਗਲੇ ਦਿਨ, ਫਿਰ ਉਸ ਤੋਂ ਬਾਅਦ ਭਾਜੀ ਉਹਨਾਂ ਦਾ ਟਾਈਮ ਟੇਬਲ, ਸਾਰੇ ਗਾਣੇ ਅਸੀਂ ਜਦੋਂ ਅਮੈਰੀਕਾ ਸੀਗੇ ਅਤੇ ਬੜਾ ਸ਼ੁਗਰ ਮੇਲਾ ਲੱਗਦਾ ਸੀ। ਅਤੇ ਭਾਜੀ ਦਾ ਇੱਕ ਗਾਣਾ ਤੁਸੀਂ ਗਾ ਕੇ ਸੁਣਾਓ? ਭਾਜੀ ਜੈਨੂਅਲੀ ਮੇਰੀ ਵਾਹ ਨੀਗੀ, ਤੁਸੀਂ ਮੇਰਾ ਗਲਾ ਸੁਣ, ਤੁਸੀਂ ਮੈਨੂੰ ਮੇਰਾ ਕਹੋਗੇ ਮੈਂ ਤਾਂ ਮੇਰਾ ਨਹੀਂ ਗਾ ਹੋਣਾ, ਮੈਂ ਜੈਨੂਅਲੀ ਜਦੋਂ ਤੁਸੀਂ ਮੈਨੂੰ ਗਾਉਣਾ ਸੀ ਦੱਸੋਗੇ ਤੁਹਾਨੂੰ ਮੈਂ ਆਪਾਂ ਫਟੇ ਚੱਕ ਦਾਂਗੇ। ਠੀਕ ਹੈ, ਵੈਸੇ ਤੁਹਾਡੇ ਗਾਣੇ ਹੈਗੇ ਮੂਵੀ 'ਚ, ਇਸ ਗਾਣੇ ਇਸ ਮੂਵੀ 'ਚ ਸਾਰਿਆਂ ਦੇ ਨੇ, ਮੇਰੇ ਵੀ ਨੇ, ਬਿੱਲਾ ਭਾਜੀ ਦੇ ਵੀ ਨੇ, ਅਤੇ ਸਾਡੇ ਨਾਲ ਇੱਕ ਤੀਜੇ ਕਰੈਕਟਰ ਤੁਸੀਂ ਫਿਲਮ ਦੇ ਸੈੱਟ 'ਤੇ ਦੇਖੇ ਹੋਣਗੇ, ਕਰਮਜੀਤ ਭਾਜੀ, ਮਤਲਬ ਉਹਨਾਂ ਦੀ ਵੀ ਕੋਈ ਰੀਸ ਨੀਗੀ ਗਾਉਣ ਦੇ ਵਿੱਚ, ਅਤੇ ਆਪਾਂ ਕਰਮਜੀਤ ਭਾਜੀ ਦਾ ਵੀ ਗੀਤ ਰੱਖਿਆ। ਕੁਲਵਿੰਦਰ ਭਾਜੀ ਨਾਲ ਤੁਹਾਡੀ ਯਾਰੀ ਤਾਂ ਪੁਰਾਣੀ ਹੈ ਤੁਸੀਂ ਦੱਸਿਆ, ਅਤੇ ਸੈੱਟ 'ਤੇ ਇਹੋ ਜਿਹਾ ਕਿਹੜੇ ਕੋਈ ਸੀਨ ਹੋਇਆ ਹੋਵੇ ਕੁਲਵਿੰਦਰ ਭਾਜੀ ਦਾ ਤੁਹਾਡਾ ਜਿਹੜਾ ਤੁਸੀਂ ਭੁੱਲ ਨਹੀਂ ਸਕਦੇ ਕੋਈ? ਭਾਜੀ ਸ਼ੁਗਲ ਮੇਲਾ ਹੀ ਆ, ਕਲਾਈਮੈਕਸ ਹੀ ਚੱਲੀ ਜਾਂਦਾ ਸੀ, ਕੱਲ੍ਹ ਦਾ ਦਿਨ ਦੇਖਣਾ ਸੀ, ਕੱਲ੍ਹ ਘੱਟੋ ਘੱਟ ਨਹੀਂ ਸਾਨੂੰ ਪੌਣਾ ਘੰਟਾ ਲੱਗਦਾ,
ਅਤੇ ਹੰਢੇ ਨੇ ਇੰਨਾ ਚਿਰ ਹੋ ਗਿਆ, ਅਸੀਂ ਅਜੇ ਨਵੇਂ ਜਿਹਾ, ਸਾਨੂੰ ਕਈ ਖੇਡਦਿਆਂ ਦਾ ਕੰਮ ਹੱਸ ਆ ਜਾਂਦਾ, ਫਿਰ ਉਹ ਸਾ ਚਾਰ ਪੰਜ ਕਰੈਕਟਰ ਇੱਕੋ ਜਿਹੀ ਆ, ਫਿਰ ਸਾਰੇ ਹੱਸ ਪੈਂਦੇ, ਕਦੇ ਮੈਂ, ਕਦੇ ਮੈਂਡੀ, ਕਦੇ ਸੋਨਿਆ, ਕਦੇ ਬਿੱਲਾ ਭਾਜੀ, ਉਸ ਸ਼ੁਕਲ ਮੇਲਾ ਵਧੀਆ ਸੀਗਾ ਜੀ। ਠੀਕ ਹੈ, ਅਤੇ ਭਾਅ ਜੀ ਸਰ ਆਖਰੀ ਹੈ ਕਿ ਦੈਨਿਕ ਸਵੇਰਾ ਟੀ ਵੀ ਰਾਹੀਂ ਆਪਣੇ ਫੈਨਸ ਨੂੰ, ਆਪਣੇ ਫੋਲੋਅਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ? ਬਸ ਇਹੋ ਆ ਜੀ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ, ਸੋਹਣੀਆਂ ਫਿਲਮਾਂ ਆਉਂਦੀਆਂ ਰਹਿੰਦੀਆਂ, ਸੋਹਣੀਆਂ ਫਿਲਮਾਂ ਵੇਖਿਆ ਕਰੋ, ਅਤੇ 24 ਤਰੀਕ ਨੂੰ ਮੁਕਲਾਵਾ ਰਿਲੀਜ਼ ਹੋਣੀ ਹੈ, ਜਾਇਓ ਜ਼ਰੂਰ ਦੇਖਿਓ ਜਾ ਕੇ, ਅਤੇ ਤੁਸੀਂ ਭਾਅ ਜੀ ਰਿਵਿਊਜ਼ ਕਰਿਓ ਜਿਹਨਾਂ ਨੂੰ, ਜਿਵੇਂ ਤੁਹਾਨੂੰ ਲੱਗਦਾ ਲੋਕ ਕਹਿਣਗੇ, ਲੋਕਾਂ ਦਾ ਸਾਰਾ ਆਪਣਾ ਰਿਵਿਊ ਸਿਰ ਮੱਥੇ, ਜਿਵੇਂ ਲੋਕ ਕਹਿਣਗੇ, ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੀ ਸਾਨੂੰ ਜ਼ਰੂਰ ਦੱਸਿਓ, ਗਾਣ ਸੁਧਾਰਾਂਗੇ ਜੀ। ਆ ਸੀ ਸਾਡੇ ਨਾਲ ਐਮੀ ਵਿਰਕ ਭਾਅ ਜੀ, ਜਿਹੜੇ ਕਿ ਲਾੜੇ ਬਣੇ ਹੋਏ ਇਸ ਛੱਲੇ ਮੁੰਦਿਆਂ ਦੀ ਸੈੱਟ 'ਤੇ, ਅਤੇ ਇਸ ਛੱਲੇ ਮੁੰਦਿਆਂ ਦੀ ਸੈੱਟ 'ਤੇ ਆਪਾਂ ਲਾੜਿਆਂ ਨਾਲ ਤਾਂ ਗੱਲ ਕਰ ਲਈ, ਚਲੋ ਆਪਾਂ ਹੁਣ ਵੇਖ ਕੇ ਲਾੜੀਆਂ ਕੀ ਕੁਛ ਕਰ ਰਹੀਆਂ ਨੇ, ਚਲੋ ਜੀ। ਛੱਲੇ ਮੁੰਦਿਆਂ ਦੇ ਆਪਾਂ ਸਿੱਟ 'ਤੇ ਹਾਂ, ਅਤੇ ਸਾਡੇ ਨਾਲ ਖੜੀ ਇੱਕ ਬੜੀ ਸੋਹਣੀ ਲਾੜੀ, ਅਤੇ ਤੁਸੀਂ ਵੇਖ ਸਕਦੇ ਹੋ ਨਾ ਸ਼ਰਮਾ ਕੇ ਆਪਣਾ ਘੁੰਡ ਕੱਢਿਆ ਹੋਇਆ ਇਹਨਾਂ ਨੇ, ਅਤੇ ਪਤਾ ਨਹੀਂ ਕੁਲਵਿੰਦਰ ਭਾਅ ਜੀ ਕੋਲ ਸ਼ਰਮਾ ਰਹੇ ਨੇ, ਐਮੀ ਭਾਅ ਜੀ ਕੋਲ ਸ਼ਰਮਾ ਰਹੇ, ਤਾਂ ਪੁੱਛਾਂਗੇ ਆਪਾਂ। ਮੈਡਮ ਤੁਸੀਂ ਆਪਣਾ ਘੁੰਡ ਚੱਕ ਦਿਓ, ਇੱਥੇ ਨਾ ਕੁਲਵਿੰਦਰ ਭਾਅ ਜੀ ਨੇ ਨਾ ਐਮੀ ਭਾਅ ਜੀ ਨੇ, ਤਾਂ ਤੁਸੀਂ ਸ਼ਰਮਾ ਨਹੀਂ, ਸ਼ਰਮਾਓ ਨਾ ਹੁਣ। ਹਾਂ ਹਾਂ ਕੋਈ ਨਹੀਂ, ਬਿਲਕੁਲ ਬਿਲਕੁਲ ਆਪਾਂ ਭੇਜਦੇ ਵੈਨਿਟੀ 'ਚ। ਅੱਛਾ ਪਹਿਲਾਂ ਤਾਂ ਇਹ ਦੱਸੋ, ਕਨਫਿਊਜ਼ਨ ਬਹੁਤ ਹੈ, ਤੁਸੀਂ ਐਮੀ ਭਾਅ ਜੀ ਕੋਲੋਂ ਸ਼ਰਮਾ ਰਹੇ ਸੀਗੇ ਜਾਂ ਕੁਲਵਿੰਦਰ ਭਾਅ ਜੀ ਕੋਲੋਂ ਸ਼ਰਮਾ ਰਹੇ ਸੀਗੇ? ਮੈਨੂੰ ਤੁਹਾਡੇ ਤੋਂ ਸ਼ਰਮਾ ਆ ਰਹੀ ਹੈ। ਵੈਸੇ ਸ਼ਰਮਾ ਤਾਂ ਕਿਸੇ ਤੋਂ ਨਹੀਂ ਰਹੇ, ਬਸ ਐਵੇਂ ਹੀ ਮੈਂ ਬਹੁਤ ਸੋਹਣਾ ਜਿਹਾ ਦੁਪੱਟਾ ਲਿਆ ਹੋਇਆ, ਤਾਂ ਮੈਂ ਇਹਦਾ ਫੁੱਲ ਯੂਜ਼ ਕਰ ਰਹੀ ਸੀ, ਕਿਵੇਂ ਐਕਚੁਅਲ 'ਚ ਲਾੜੀ ਬਣੀ ਦਾ ਮੈਂ ਉਵੇਂ ਦੇਖ ਰਹੀ ਸੀ। ਅੱਛਾ, ਆਪਾਂ ਵੇਖ ਰਹੇ ਸੀ ਕਿ ਲਾੜੀ ਦਾ ਖੜੀਆ, ਅਸੀਂ ਕਨਫਿਊਜ਼ ਸੀਗੇ ਕੌਣ ਹੈ, ਅਤੇ ਘੁੰਡ ਕੱਢਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੋਨੀਆ ਕੌਰ ਜੀ ਸਾਡੇ ਨਾਲ ਮੌਜੂਦ ਨੇ। ਸੋਨੀਆ ਕੌਰ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀ ਵੀ 'ਤੇ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਸੋਨੀਆ ਜੀ, ਕਿਹੋ ਜਿਹਾ ਫੀਲ ਕਰ ਰਹੇ ਇਸ ਮੂਵੀ 'ਤੇ? ਵਿਆਹ ਵਾਲਾ ਮਾਹੌਲ ਹੈ, ਬਿਲਕੁਲ ਵਿਆਹ ਵਾਲੇ ਮਾਹੌਲ 'ਚ ਪੂਰਾ ਸੈਟਅਪ ਤਿਆਰ ਹੈ, ਵਿਆਹ ਦੀ ਪੂਰੀ ਸ਼ੂਟਿੰਗ ਚੱਲ ਰਹੀ ਹੈ, ਅਤੇ ਕਿਹੋ ਜਿਹਾ ਫੀਲ ਕਰ ਰਹੇ ਤੁਸੀਂ? ਸੀ ਵਿਆਹ ਦਾ ਮਾਹੌਲ ਜਿੱਥੇ ਵੀ ਹੋਈ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ, ਖਾਣ ਪੀਣ ਨੂੰ ਬਹੁਤ ਕੁਛ ਮਿਲਦਾ ਹੈ, ਇੱਥੇ ਨਹੀਂ ਮਿਲ ਰਿਹਾ, ਇੱਥੇ ਥੋੜ੍ਹੇ ਡਿਫਰੈਂਟ ਟਾਈਪ ਦਾ ਵਿਆਹ ਆ, ਪਰ ਗਰਮੀ ਬਹੁਤ ਜ਼ਿਆਦਾ ਹੈ, ਵਿੱਚ ਵਿੱਚ ਪਰੇਸ਼ਾਨ ਕਰ ਰਹੀ ਹੈ, ਬਟ ਵੀ ਆਰ ਇੰਜੋਇੰਗ। ਗਰਮੀ ਦੇ ਮਾਹੌਲ 'ਚ ਇੰਨੇ ਭਾਰੀ ਭਾਰੀ ਸੂਟ ਪਾ ਕੇ ਤੁਸੀਂ ਠੀਕ, ਮਜ਼ਾ ਆ ਰਿਹਾ ਤੁਹਾਨੂੰ? ਮਤਲਬ ਨਾ ਪੁੱਛੋ, ਹੁਣ ਨਹੀਂ ਤਾਂ ਸਾਰੇ ਆ ਕੇ ਪੁੱਛਦੇ ਨੇ, ਮੈਂ ਪੂਰਾ ਲਾਲਮ ਲਾਲ, ਮਤਲਬ ਪੂਰਾ ਰੈੱਡ ਕਲਰ ਮੈਂ ਵੇਅਰ ਕੀਤਾ ਹੋਇਆ ਹੈਡ ਟੂ ਟੋ, ਪਰ ਮੈਨੂੰ ਗਰਮੀ ਲੱਗ ਰਹੀ ਹੈ, ਬਟ ਇਟਸ ਓਕੇ, ਵਰਕ ਇਜ਼ ਵਰਕ। ਬਿਲਕੁਲ ਬਿਲਕੁਲ। ਅਤੇ ਤੁਸੀਂ ਹੁਣ ਆਪਣਾ ਐਮੀ ਭਾਅ ਜੀ ਨਾਲ ਕੰਮ ਕਰ ਰਹੇ ਹੋ, ਕੁਲਵਿੰਦਰ ਭਾਅ ਜੀ ਨਾਲ ਕੰਮ ਕਰ ਰਹੇ ਹੋ, ਮਹਿੰਦੀ ਤੱਕਰ ਜੀ ਤੁਹਾਡੇ ਨਾਲ ਨੇ, ਇਹੋ ਜਿਹੇ ਮਤਲਬ ਸਾਰੇ ਐਕਸਪੀਰੀਅੰਸ ਆਰਟਿਸਟ ਨੇ, ਇਹਨਾਂ ਨਾਲ ਕੰਮ ਕਰਕੇ ਕੀ ਕੁਛ ਸਿੱਖਣ ਨੂੰ ਮਿਲ ਰਿਹਾ, ਕਿਹੋ ਜਿਹਾ ਐਕਸਪੀਰੀਅੰਸ ਮਿਲ ਰਿਹਾ? ਸੀ, ਐਕਸਪੀਰੀਅੰਸ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈ, ਬਿਕੋਜ਼ ਇੱਥੇ ਮੈਂ ਮੈਂਡੀ ਐਂਡ ਕੁਲਵਿੰਦਰ ਜੀ ਨਾਲ ਫਸਟ ਟਾਈਮ ਕੰਮ ਕਰ ਰਹੀ ਹਾਂ। ਐਮੀ ਨਾਲ ਮੈਂ ਜਸਟ ਨਿੱਕਾ 3 ਖਤਮ ਕੀਤੀ ਹੈ, ਨਿੱਕਾ ਜੈਲਦਾ 3, ਐਂਡ ਉਸ ਤੋਂ ਪਹਿਲਾਂ ਆਪਾਂ ਨਿੱਕਾ ਵੀ ਕੀਤੀ ਸੀਗੀ। ਸੋ ਇਜ਼ ਅ ਡੀਅਰ ਫਰੈਂਡ, ਬਹੁਤ ਸਪੋਰਟਿਵ ਨੇ, ਕੁਲਵਿੰਦਰ ਜੀ ਬਹੁਤ ਜ਼ਿਆਦਾ ਸਪੋਰਟਿਵ ਨੇ, ਲਾਈਕ ਜਿਵੇਂ ਐਜ਼ ਆਮ ਨਿਊ, ਮੇਰੇ ਕੋਲ ਐਕਸਪੀਰੀਅੰਸ ਬਹੁਤ ਘੱਟ ਹੈ, ਸੋ ਉਹ ਹਮੇਸ਼ਾ ਮੇਰੀ ਹੈਲਪ ਕਰਦੇ ਨੇ ਕੋਈ ਵੀ ਸੀਨ ਦੇ ਵਿੱਚ, ਕੋਈ ਵੀ ਸੀਨ ਤੋਂ ਪਹਿਲਾਂ, ਔਰ ਨਾਲ ਦੱਸਦੇ ਰਹਿੰਦੇ ਕਿ ਇੱਦਾਂ ਕਰ ਲਓ, ਉੱਦਾਂ ਕਰ ਲਓ, ਆਹ ਸੋਹਣਾ ਲੱਗ ਰਿਹਾ, ਆਹ ਵਧੀਆ ਲੱਗ ਰਿਹਾ, ਸੋ ਇਜ਼ ਵੈਰੀ ਸਪੋਰਟਿਵ। ਤਾਰੀਫ ਵਗੈਰਾ ਵੀ ਕਰਦੇ ਰਹਿੰਦੇ ਨੇ ਤੁਹਾਡੀ ਬਾਰ ਬਾਰ, ਕੁਲਵਿੰਦਰ ਭਾਅ ਜੀ? ਮੈਂ ਉਹਨਾਂ ਦੀ ਬਹੁਤ ਤਾਰੀਫ ਕਰਦੀ ਹਾਂ ਕਿ ਮੈਨੂੰ ਤੁਹਾਡਾ ਆਹ ਗਾਣਾ ਪਸੰਦ ਹੈ, ਮੈਨੂੰ ਤੁਹਾਡਾ ਉਹ ਗਾਣਾ ਪਸੰਦ ਹੈ, ਤੁਸੀਂ ਆਹ ਇੱਦਾਂ ਕਰ ਦਿਓ, ਐਂਡ ਹੇਅਰ ਇਜ਼ ਅਨਦਰ ਬ੍ਰਾਈਡ। ਦੂਜੀ ਲਾੜੀ ਹੈ, ਇੱਥੇ ਹੈਗੀ ਜੀ ਦੂਜੀ ਲਾੜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਸਵਾਗਤ ਹੈ ਮੈਂਡੀ ਜੀ ਤੁਹਾਡਾ ਦੈਨਿਕ ਸਵੇਰਾ ਟੀ ਵੀ 'ਤੇ। ਥੈਂਕ ਯੂ, ਸਤਿ ਸ਼੍ਰੀ ਅਕਾਲ। ਆਪਾਂ ਪਹਿਲਾਂ ਵੇਖਿਆ, ਇਹ ਤਾਂ ਮੈਡਮ ਬਹੁਤ ਜ਼ਿਆਦਾ ਸ਼ਰਮਾ ਰਹੀ ਸੀਗੀ, ਸੋਨੀਆ ਜੀ ਜਿਹੜੀ ਲਾੜੀ ਹੈ, ਪਹਿਲੀ ਲਾੜੀ, ਦੂਜੀ ਲਾੜੀ ਆਪਾਂ ਭੱਜ ਭੱਜ ਕੇ ਆਈ। ਅੱਛਾ ਪਹਿਲਾਂ ਇਹ ਦੱਸੋ, ਸਭ ਤੋਂ ਪਹਿਲਾਂ ਇਹ ਦੱਸੋ ਇਹ ਕਨਫਿਊਜ਼ਨ ਕੀ ਆਇਆ ਸੀ ਨਾ, ਮੈਂ ਬੜੇ ਕਨਫਿਊਜ਼ਡ ਹਾਂ, ਦੋ ਲਾੜੇ ਦੋ ਲਾੜੀਆਂ, ਕਿਹਦਾ ਕੌਣ ਕਿਹਦੇ ਨਾਲ ਛੱਲੇ, ਕੌਣ ਕਿਹਨੂੰ ਛੱਲੇ ਮੁੰਦੀਆਂ ਦੇ ਰਿਹਾ, ਪਹਿਲਾਂ ਇਹ ਦੱਸੋ। ਆਪਾਂ ਇੱਕ ਦੂਜੇ ਨੂੰ, ਇੱਕ ਲਾੜੀ ਦੂਜੀ ਲਾੜੀ ਨੂੰ ਛੱਲੇ ਮੁੰਦੀਆਂ ਦੇ ਰਹੀ ਹੈ। ਓ ਗੋਡ, ਮੰਡੀ ਜੀ ਉਹ ਜਾਈ, 377 ਦਾ ਹੀ ਸਿਸਟਮ ਹੈ ਜਾਂ ਕੁਝ ਹੋਰ ਹੈ? ਓ ਗੋਡ, ਮੈਂ ਜਾ ਰਹੀ ਹਾਂ ਬਾਹਰ। ਨੋ ਨੋ, ਆਮ ਜੋਕਿੰਗ, ਆਮ ਜੋਕਿੰਗ। ਨਹੀਂ ਨਹੀਂ, ਤੁਸੀਂ ਦੇਖੋ ਛੱਲੇ ਮੁੰਦੀਆਂ ਨਵੰਬਰ ਵਿੱਚ ਮੋਸਟ ਲਾਈਕਲੀ ਰਿਲੀਜ਼ ਹੋਵੇਗੀ ਸਾਡੀ ਫਿਲਮ, ਐਂਡ ਇਟਸ ਯੂ ਨੋ ਲਵ ਆਫ ਐਰਰਸ, ਸਵੀਟ ਸਟੋਰੀ ਹੈ, ਅਲੱਗ ਹੈ, ਡਿਫਰੈਂਟ ਹੈ। ਤੁਸੀਂ ਕਲਾਈਮੈਕਸ 'ਤੇ ਆਇਓ, ਐਂਡ ਬਿਫੋਰ ਯੂ ਸੇ ਕਿ ਬਹੁਤ ਸਾਰੀਆਂ ਵਿਆਹ ਅਤੇ ਮੂਵੀਜ਼ ਬਣ ਰਹੀਆਂ ਨੇ ਐਕਸੈਟਰਾ ਐਕਸੈਟਰਾ, ਤੁਸੀਂ ਵਕਤ ਹੀ ਉਹ ਚੁਣਿਆ ਕਿ ਇਸ ਫਿਲਮ ਵਿੱਚ ਇਸ ਪੁਆਇੰਟ 'ਤੇ ਸਾਡਾ ਵਿਆਹ ਹੋ ਰਿਹਾ, ਜੋ ਬਹੁਤ ਛੋਟਾ ਜਿਹਾ ਪਾਰਟ ਹੈ। ਮਤਲਬ ਵਿਆਹ ਅਤੇ ਮੂਵੀ ਨਹੀਂ ਹੈ, ਆਪਾਂ ਵਿਆਹ ਦੇ ਟਾਈਮ 'ਤੇ ਪਹੁੰਚੇ ਹਾਂ। ਹਾਂ ਹਾਂ ਐਗਜੈਕਟਲੀ। ਸੋ ਇਟਸ ਅ ਫੈਮਿਲੀ ਐਂਟਰਟੇਨਰ, ਐਂਡ ਇਟਸ ਕਾਮੇਡੀ ਵੀ ਆ, ਰੋਮਾਂਸ ਵੀ ਆ, ਇਟਸ ਕੰਫਿਊਜ਼ਨ ਵੀ ਆ, ਵਿਛੋੜਾ ਵੀ ਆ, ਬਿਰਹਾ ਵੀ ਹੈ, ਐਂਡ ਨਖਰਾ ਵੀ ਹੈ। ਹਾਂ ਐਗਜੈਕਟਲੀ। ਨਖਰਾ ਕਿਦਾ, ਨਖਰਾ ਕੌਣ ਕਰ ਰਿਹਾ? ਲੜਕੇ। ਆਪਾਂ ਅਕਸਰ ਵੇਖਿਆ ਜੀ ਕੁੜੀਆਂ ਨਖਰੇ ਕਰਦੀਆਂ, ਉੱਥੇ ਮੁੰਡੇ ਹੀ ਨਖਰੇ ਕਰ ਰਹੇ ਨੇ। ਚਲੋ ਠੀਕ ਹੈ,
ਐਕਟਰਸ ਨੇ ਬਹੁਤ ਨਖਰੇਬਾਜ਼ ਨੇ ਸਾਡੇ ਦੋ ਐਮੀ ਵੀ ਕੁਲਵਿੰਦਰ ਜੀ ਵੀ ਸਵੀਟ ਸਵੀਟ ਬਲੈਸਡ ਤੇ ਸੋਨੀਆ ਕੌਰ ਦੇ ਨਾਲ ਕੰਮ ਕਰਕੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਸਾਡੇ ਕੋਈ ਸੀਨਸ ਨਹੀਂ ਹੈਗੇ ਇਕੱਠਿਆਂ ਦੇ ਅਪਾਰਟ ਫਰੋਮ ਦ ਕਲਾਈਮੈਕਸ ਹੈ ਨਾ ਆਪਾਂ ਕੁਝ ਸੀਨ ਨਹੀਂ ਕੀਤਾ ਹੈਗਾ ਨਹੀਂ ਸੀਨਸ ਨਹੀਂ ਹੈਗੇ ਲੇਕਿਨ ਆਫ ਦ ਸਕਰੀਨ ਤਾਂ ਤੁਸੀਂ ਇਕੱਠੇ ਬੈਂਦੇ ਹੀ ਹੋ ਹਾਂਜੀ ਮੈਂ ਇਹੀ ਕਹਿਣ ਲੱਗੀ ਸੀ ਕਿ ਸ਼ੀ ਇਜ਼ ਲਵਲੀ ਵੈਰੀ ਵਾਰਮ ਵਧੀਆ ਗੁੱਡ ਵਾਈਬਸ ਪੋਜ਼ਿਟਿਵ ਵਾਈਬਸ ਮੈਂ ਹੋਰ ਕੁਝ ਕਹਿਣਾ ਵੀ ਨਹੀਂ ਵੈਸੇ ਲਾਈਕ ਆਈ ਕੈਨ ਸੇ ਔਨ ਸਕਰੀਨ ਵਾਟ ਆਈ ਰੀਲੀ ਵਾਂਟ ਟੂ ਐਂਡ ਮੈਂ ਆਲਰੇਡੀ ਬਹੁਤ ਜ਼ਿਆਦਾ ਤਾਰੀਫ ਕਰ ਚੁੱਕੀ ਹਾਂ ਵੈਨ ਆਈ ਸਟਾਰਟਡ Nice, nice. ਮੈਂ ਸਾਹਮਣੇ ਕਰ ਦੋ ਹੋਰ ਮੈਂ ਅੱਛਾ ਮੈਂ ਆਈ ਆ ਨਾ ਸਾਹਮਣੇ ਹੀ ਕਰ ਦਿੰਦੀ ਹਾਂ ਬਹੁਤ ਮਤਲਬ ਕਿ ਮੈਂ ਬਹੁਤ ਇਹਨਾਂ ਨੂੰ ਫਿਲਮਾਂ ਦੇ ਵਿੱਚ ਦੇਖਿਆ ਐਂਡ ਜਿਸ ਦਿਨ ਮੈਂ ਇਹਨਾਂ ਨੂੰ ਫਸਟ ਟਾਈਮ ਮਿਲਣ ਵਾਲੀ ਸੀ ਆਈ ਵਾਜ਼ ਲਾਈਕ ਯੈਸ ਆਈ ਐਮ
ਸੀਨ ਕਰਦੇ ਹੋਏ ਐਂਡ ਮੈਨੂੰ ਉਸ ਵਕਤ ਲੱਗਿਆ ਕਿ ਅੱਛਾ ਮੈਂ ਕੁਛ ਸਹੀ ਕਰਦੀ ਹੋਣੀ ਹੈ ਕਿ ਮੈਨੂੰ ਦੇਖਣ ਆਏ ਨੇ ਇਹਨਾਂ ਦਾ ਸ਼ਾਟ ਨਹੀਂ ਸੀਗਾ ਹਾਂ ਉਹਨਾਂ ਨਹੀਂ ਸੀਗਾ You know, opportunity to see you working, how you work, because I have been watching you. Thank you so much. It's very sweet. Very sweet. Yeah. Movie the storyline basically kiya. Chalo apan climax te pahunche, apan vekhya vyah chal reha te, sanu ta vyah hi dekhan nu milya. Main storyline ki hai. It's been do ne kafi alag alag stories chal rahiyan ne. Okay. So it's not ke and oh inne bhi zyada interact jitna ਰਲੀਆਂ ਮਿਲੀਆਂ ਵੀ ਨਹੀਂ ਹੈਗੀਆਂ ਜ਼ਿਆਦਾ ਸਟੋਰੀਜ਼ ਬਿਕੋਜ਼ ਲਾਈਕ ਅਸਰ ਸਾਡਾ ਆਮਣਾ ਸਾਹਮਣਾ ਵੀ ਨਹੀਂ ਹੁੰਦਾ ਐਂਡ ਇਟਸ ਨੋਟ ਕਿ ਉਹ ਨਹੀਂ ਰਲਦੀਆਂ ਬਾਅਦ ਵਿੱਚ ਜਾ ਕੇ ਵੀ ਮੈਂ ਜ਼ਿਆਦਾ ਨਹੀਂ ਦੱਸਣਾ ਚਾਹੁੰਦੀ ਬਿਕੋਜ਼ ਫਿਰ ਉਹ ਜਿਹੜਾ ਅੱਗੇ ਕੀ ਹੋਵੇਗਾ ਅੱਗੇ ਕੀ ਹੋਵੇਗਾ ਉਹਦਾ ਫਿਰ ਮਜ਼ਾ ਚਲੇ ਜਾਣਾ ਆ ਸਪੋਇਲਰ ਵਾਲਾ ਕੰਮ ਹੋ ਜਾਊਗਾ ਹਾਂ ਆਈ ਡੋਨਟ ਵਾਂਟ ਟੂ ਗਿਵ ਸਪੋਇਲਰਸ ਕਿ ਉਹਨਾਂ ਨਾਲ ਨੇ ਮੈਂ ਇਹਨਾਂ ਨਾਲ ਆ ਇਦਾਂ ਹੋਏਗਾ ਇਦਾਂ ਹੋਏਗਾ ਅਸੀਂ ਹਾਂ ਬਟ ਡੈਫੀਨਟਲੀ ਇਹ ਫਿਲਮ ਇਦਾਂ ਦੀ ਹੈ ਕਿ ਤੁਸੀਂ ਸੋਚੋਗੇ ਅੱਛਾ ਹੁਣ ਕੀ ਹੋਵੇਗਾ ਅੱਛਾ ਉਹ ਹੋ ਗਿਆ ਤਾਂ ਯੂ ਨੋ ਲਾਈਕ ਇਟ ਹੈਜ਼ ਦੈਟ ਕਿ ਆਈ ਵਾਂਟ ਕਿ ਇਦਾਂ ਅਸੀਂ ਮੇਨਟੇਨ ਰੱਖੀਏ ਕਿ ਅਸੀਂ ਜ਼ਿਆਦਾ ਦੱਸੀਏ ਨਾ ਮੈਂਡੀ ਜੀ ਤੁਸੀਂ ਸੋਨੀਆ ਜੀ ਨੂੰ ਕੰਮ ਕਰਦੇ ਵੇਖਿਆ ਤੇ ਸੋਨੀਆ ਜੀ ਦੀ ਸਭ ਤੋਂ ਵਧੀਆ ਗੱਲ ਤੁਹਾਨੂੰ ਕੀ ਲੱਗੀ ਸਪੌਨ ਬਹੁਤ ਸਪੌਨਟੇਨੀਅਸ ਨੇ ਬਹੁਤ ਹਾਂ ਬਹੁਤ ਸਪੌਨਟੇਨੀਅਸ ਨੇ ਇਟਸ ਨੋਟ ਕਿ ਲਾਈਕ ਬਹੁਤ ਜ਼ਿਆਦਾ ਰਿਹਰਸਡ ਨੇ ਮੈਨੂੰ ਪਤਾ ਨਹੀਂ ਲਾਈਕ ਇਫ ਯੂ ਪਹਿਲਾਂ ਹੀ ਸੋਚ ਕੇ ਆਉਂਦੇ ਆ ਕਿ ਆਹ ਕਰਨਾ ਆਹ ਕਰਨਾ ਬਟ ਵਧੀਆ ਲੱਗਿਆ ਕੌਨਫੀਡੈਂਟ ਨੇ You know, she's not, it's not like this is like, you know, very quite new to the industry, yeah. right? So, confidence vadiya hai and professional, sweet, no attitude, arrogance, generally, you know, and that's, you know, cheeza na bahut aasan ho janda hai kaam karna. It's nice. So the same question goes to you, Sonia ji. Tuhanu Mandy ji di sab to vadiya cheez kehdi? Actually, mainu, to be very, very honest, apa kade edda gal nahi kiti, to be very, very honest, when I saw her and I met the day I came to see your shoot, so she was really matlab mainu ta lagge si ki inni vaddi actress ne pata nahi mainna gall karnege vi ki nahi karni hai sar milwaya si ki aa Sonia Mandy ji nu ta main jandi si but that day I had words with her apa gallan kitiyan and after talking to her I was like she said ki koi bhi ਪ੍ਰੋਬਲਮ ਆ ਜਾਏ ਸ਼ੂਟ ਦੇ ਵਿੱਚ ਕਿਸੇ ਡਾਇਲੋਗ ਕੁਛ ਵੀ ਹੋਣਾ ਕਮ ਟੂ ਮੀ ਆਈ ਮੇਕ ਯੂ ਅੰਡਰਸਟੈਂਡ ਸੋ ਦੈਟ ਰੀਅਲੀ ਗੇਵ ਮੀ ਕੰਫੀਡੈਂਸ ਤੇ ਵਿਆਹ ਦਾ ਸੀਨ ਹੈ ਤੁਸੀਂ ਬੋਲੀਆਂ ਵਗੈਰਾ ਵੀ ਪਾ ਰਹੇ ਹੋ ਕੁਛ ਇੱਥੇ ਨਹੀਂ 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 ਸਾਡੇ ਚੈਨਲ ਦੀ ਪਾ ਰਹੀ ਬੋਲੀਆਂ ਚਲੋ ਇਕੱਠੇ ਇਕੱਠੇ ਪਾ ਦਿਓ ਫਿਰ ਇਕੱਠੇ ਇਕੱਠੇ ਗੋਲੀਆਂ ਬੱਚਣ ਲੱਗੀਆਂ ਵਿਆਹ ਨਹੀਂ ਦੋਨੋਂ ਦੋ ਇਕੱਠੇ ਇਕੱਠੇ ਜੇ ਹੋ ਸਕੇ ਤਾਂ ਬੋਲੀਆਂ ਹੀ ਪਾ ਆਈ ਡੋਨਟ ਨੋ ਹਾਊ ਟੂ ਡੂ ਬੋਲੀ ਇਟ ਆਲ ਆਮ ਲਾਈਕ ਨੋ ਚਲੇ ਮੁੰਨੇ ਅਸ ਦੇਖਿਓ ਹਾਂ ਐਕਚੁਅਲੀ ਸਾਡਾ ਹੈ ਇੱਕ ਸੀਕੁਐਂਸ ਬੋਲੀਆਂ ਦਾ ਬਟ ਮੈਂ ਨਹੀਂ ਕਰ ਰਹੀ ਉਹ ਜਦੋਂ ਉਹ ਹੋ ਰਹੀ ਹੈ ਪ੍ਰੈਪਰੇਸ਼ਨ ਹੋ ਰਹੀਆਂ ਬਹੁਤ ਹਲਕਾ ਜਿਹਾ ਇੰਟਰਵਿਊ 'ਚ ਵੀ ਮਤਲਬ ਤੁਸੀਂ ਸਸਪੈਂਸ ਐਲੀਮੈਂਟ ਰੱਖ ਰਹੇ ਹੋ ਆਪਣਾ ਨਾ ਸੀਨੀਅਰ ਆਰਟਿਸਟ ਮੈਂ ਤਾਂ ਸਾਰਾ ਕੁਝ ਦੱਸ ਉਹਨਾਂ ਨੇ ਮੈਨੂੰ ਪੁੱਛਿਆ ਨਾ ਆਮ ਲਰਨਿੰਗ ਮੋਰ ਥਿੰਗਸ ਨੋ ਆਈ ਜਸਟ ਡੋਨਟ ਵਾਂਟ ਬਿਕੋਜ਼ ਇਹ ਸੱਚੀ ਉਦੋਂ ਦੀ ਸਟੋਰੀ ਹੈ ਕਿ ਲਾਈਕ ਉਹਦੇ ਵਿੱਚ ਵਾਟ ਇਫ ਐਂਡ ਵਾਟ ਨੈਕਸਟ ਯੂ ਨੋ ਅੱਗੇ ਕੀ ਹੋਵੇਗਾ ਫੈਕਟਰ ਹੈ ਸੋ ਮੈਂ ਸਪੋਇਲ ਨਹੀਂ ਕਰਨਾ ਚਾਹੁੰਦੀ ਕਿ ਇੱਦਾਂ ਲਾਈਕ ਫਿਰ ਉਹ ਤੁਹਾਨੂੰ ਗੈਸਿੰਗ ਗੇਮ ਸ਼ੁਰੂ ਹੋ ਜਾਣੀ ਆ ਆਈ ਜਸਟ ਵਾਂਟ ਕਿ ਪਬਲਿਕ ਜਾਵੇ ਇੰਜੋਏ ਕਰੇ ਐਂਡ ਦੈਟਸ ਇਟ ਠੀਕ ਹੈ ਜੀ ਤਾਂ ਸੋਨੀਆ ਕੌਰ ਵੱਲੋਂ ਤਾਂ ਮੈਂਡੀ ਤੱਕਰ ਵੱਲੋਂ ਇੱਕ ਪਬਲਿਕ ਨੂੰ ਦੈਨਿਕ ਸਵੇਰਾ ਟੀਵੀ ਰਾਹੀਂ ਕੀ ਅਪੀਲ ਦੇਗੀ ਮੂਵੀ ਲਈ ਮਿਲਕੇ ਆਹੀ ਹੈ ਕਿ ਛੱਲੇ ਮੁੰਦੀਆਂ ਛੇਤੀ ਛੇਤੀ ਅਸੀਂ ਵਟਾਉਣ ਆਉਣਾ ਅਤੇ ਜਦੋਂ ਅਸੀਂ ਵਟਾਉਣੀਆਂ ਨੇ ਛੱਲੇ ਮੁੰਦੀਆਂ ਇਹਨਾਂ ਨੇ ਮੈਂ ਅਤੇ ਜਿਹੜੇ ਸਾਡੇ ਹੀਰੋਜ਼ ਨੇ ਆ ਕੇ ਦੇਖਿਓ ਕਿ ਕੌਣ ਕਿਹਨੂੰ ਮੁੰਦੀਆਂ ਪਵਾਉਂਦਾ ਆਹ ਮੇਨ ਕੁਐਸਚਨ ਆ ਔਰ ਆਹੀ ਮੇਨ ਸਸਪੈਂਸ ਹੈ ਕਿ ਕੌਣ ਕਿਹਨੂੰ ਮੁੰਦੀਆਂ ਪਵਾਉਂਦਾ ਛੱਲੇ ਪਵਾਉਂਦਾ ਸੋ ਕੀਪ ਵੇਟਿੰਗ
थैंक यू जी। तो मतलब कहने का मतलब है कि जेड़ा तो तुसी एक क्वेश्चन मार्क पुट करता कि कौन किनू छले मुंडिया वटा रहा है, आ क्वेश्चन का आंसर मिलेगा मूवी वेखण तो बाद। चलो थैंक यू जी, आप भी उम्मीद करने के तुम्हें पब्लिक वालों उन्ना ही प्यार मिले जिन्ना कि तुम्हारी पहली मूवीज़ में मिलता आया। धन्यवाद जी, धन्यवाद जी। आ सके साढ़े नाल सोनिया कौर तो मेहंदी तखर जिन्होंने दसिया जिन्होंने क्वेश्चन पुट करता है कि छले मुंडिया कौन किदे नाल वटा रहा है, तो सस्पेंस इन्होंने सस्पेंस एलीमेंट रख्या होया है, तो कि इस सस्पेंस एलीमेंट ये जरा क्वेश्चन है इस क्वेश्चन का आंसर मूवी में वेखन तो बाद ही पता चलूगा। तो वेखने वाली गल होगी कि जरा सस्पेंस है ये क्लीयर होने तो बाद पब्लिक जरा इन्हों का मूवी का कंसैप्ट है वो कि पसंद आता है। कैमरामैन दीपक के नाल अनमोल सिंह गुलाटी, दैनिक सवेरा, नाभा।